ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਕਿਵੇਂ ਹੋ? ਸਾਰੇ ਠੀਕ ਠਾਕ ਹੋ? ਸੋ ਦੋਸਤੋ, ਇੱਕ ਵੱਡਾ ਅਪਡੇਟ ਤੁਹਾਡੇ ਸਾਰਿਆਂ ਦੇ ਲਈ ਆਪਾਂ ਲੈ ਕੇ ਆਏ ਹਾਂ। ਵੀਡੀਓ ਲਾਸਟ ਤੱਕ ਦੇਖਿਓ ਦੋਸਤੋ। ਜਿਹੜੇ ਬੱਚੇ ਵੇਟ ਕਰ ਰਹੇ ਸੀਗੇ ਕਿ ਸਰ ਪੰਜਾਬ ਪੁਲਿਸ ਦੀ ਨਵੀਂ ਭਰਤੀ ਕਦੋਂ ਆਊਗੀ, ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਡਿਪਾਰਟਮੈਂਟ ਵੱਲੋਂ ਯਾਨੀ ਕਿ ਪੰਜਾਬ ਪੁਲਿਸ ਦੇ ਜਿਹੜੇ DGP ਵੱਲੋਂ ਉਹਨਾਂ ਵੱਲੋਂ ਇੱਕ ਅਪਡੇਟ ਜਾਰੀ ਕੀਤਾ ਗਿਆ ਨਵੀਂ ਭਰਤੀ ਨੂੰ ਲੈ ਕੇ, ਠੀਕ ਹੈ ਜੀ। ਅਤੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿਹੜਾ ਅਪਡੇਟ ਆਇਆ, ਠੀਕ ਹੈ। ਆਪਾਂ ਕਿਸੇ ਵੀ ਆਪਣੀ ਵੀਡੀਓ ਦੇ ਵਿੱਚ, ਠੀਕ ਹੈ, ਕੋਈ ਫੋਕਾ ਅਪਡੇਟ ਜਾਂ ਫੋਕੀ ਫੜਾ ਨਹੀਂ ਮਾਰਦੇ ਹੈਗੇ। ਜੋ ਅਫੀਸ਼ੀਅਲ ਗੱਲ ਹੁੰਦੀ ਹੈ, ਜੋ ਅਫੀਸ਼ੀਅਲ ਅਪਡੇਟ ਯਾਨੀ ਕਿ ਅਸਲੀ ਅਪਡੇਟ ਹੁੰਦਾ, ਉਹੀ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਉਂਦੇ ਹਾਂ। ਸੋ ਆਓ ਤੁਹਾਨੂੰ ਦੋਸਤੋ ਅਪਡੇਟ ਵੱਲ ਲੈ ਚੱਲਦੇ ਹਾਂ। ਅਪਡੇਟ ਜਿਹੜਾ ਆਇਆ ਡਿਪਾਰਟਮੈਂਟ ਵੱਲੋਂ ਆਇਆ ਦੋਸਤੋ, ਇਹ ਤੁਸੀਂ ਦੇਖ ਸਕਦੇ ਹੋ। DGP ਗੌਰਵ ਯਾਦਵ ਨੇ ਇਹਨਾਂ ਨੇ ਮਤਲਬ ਕਿ ਇੱਕ ਆਪਣੇ ਇੰਟਰਵਿਊ ਦੇ ਵਿੱਚ ਇਹਨਾਂ ਨੇ ਕਿਹਾ ਕਿ ਨਵੀਂ ਜਿਹੜੀ ਆ ਰਿਕਰੂਟਮੈਂਟ ਬਹੁਤ ਜਲਦ ਕਰ ਰਹੇ ਨੇ ਇਹ। ਅਤੇ ਜੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਤੁਹਾਨੂੰ ਸਭ ਨੂੰ ਪਤਾ ਕਿ ਆਪਣੇ ਪੰਜਾਬ ਦਾ ਮਾਹੌਲ ਆ ਜਿਹੜਾ ਗੈਂਗਸਟਰ ਮਾਹੌਲ ਹੋਇਆ ਪਿਆ, ਅਤੇ ਗੈਂਗਸਟਰ ਮਾਹੌਲ ਨੂੰ ਨੱਥ ਪਾਉਣ ਦੇ ਲਈ ਜਿਹੜੇ ਨੇ ਪੰਜਾਬ ਦੇ DGP ਨੇ ਇਹਨਾਂ ਵੱਲੋਂ ਕਿਹਾ ਗਿਆ, ਜੋ ਤੁਹਾਨੂੰ ਆਪਾਂ ਪੂਰਾ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ, ਇੱਥੋਂ ਪੜ੍ਹੋ। ਪੰਜਾਬ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਹੈਡ ਸੈਡ ਦੈਟ ਇਲੀਮੀਨੇਟਿੰਗ ਦੀ ਗੈਂਗਸਟਰ ਕਲਚਰ ਐਂਡ ਦੀ ਸਕਰੇਜ ਆਫ ਦੀ ਡਰੱਗ ਮੈਨਸ ਵਾਜ਼ ਟੋਪ ਪ੍ਰਿਓਰਿਟੀ ਬਾਈ ਦੀ ਆਫ ਪੁਲਿਸ ਦੀ ਫੋਰਸ ਵਿਲ ਗੈਟ 250 ਨਿਊ ਰਿਕਰੂਟਸ, ਠੀਕ ਹੈ ਜੀ। ਮਤਲਬ ਕਿ ਤੁਹਾਨੂੰ ਪਤਾ ਹੀ ਹੈ ਕਿ ਹੈ ਨਾ ਪੰਜਾਬ ਦਾ ਜਿਹੜਾ ਕਲਚਰ ਆ ਖਰਾਬ ਹੋਇਆ ਪਿਆ, ਅਤੇ AGTF ਯਾਨੀ ਕਿ ਐਂਟੀ ਜਿਹੜੀ ਆ ਟਾਸਕ ਫੋਰਸ ਹੈ ਇਹ ਰਿਕਰੂਟ ਕਰਨੀ ਆ। ਅਤੇ ਜਿਹੜੀ ਇਹ ਭਰਤੀ ਹੈ ਦੋਸਤੋ, ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਇਹਦੇ ਵਿੱਚ +2 ਬੇਸ ਵਾਲੇ ਹੋਣ, ਜਾਂ ਇਹ ਵੀ ਹੋ ਸਕਦਾ ਕਿ ਇਹਦੇ ਵਿੱਚ ਡਿਗਰੀ ਵਾਲੇ ਹੋਣ, ਠੀਕ ਹੈ ਜੀ। ਸੋ ਇਹਦੇ ਬਾਰੇ ਹਜੇ ਨੋਟੀਫਿਕੇਸ਼ਨ ਜਿਹੜਾ ਜਦੋਂ ਓਫਿਸ਼ਲੀ ਆਊਗਾ ਉਦੋਂ ਆਪਾਂ ਗੱਲ ਕਰਾਂਗੇ। ਫਿਲਹਾਲ ਤੁਹਾਡੇ ਸਾਹਮਣੇ ਇੱਕ ਗੁੱਡ ਨਿਊਜ਼ ਜਿਹੜੀ ਆਪਾਂ ਨੇ ਇਹ ਰੱਖਤੀ ਕਿ ਨਵੀਂ ਜਿਹੜੀ ਭਰਤੀ ਆ ਰਹੀ ਹੈ, ਠੀਕ ਹੈ ਜੀ, ਮੁੰਡੇ ਕੁੜੀ ਇਹ ਦੋਨੋਂ ਹੋਣਗੇ ਇਹਦੇ ਵਿੱਚ, ਠੀਕ ਹੈ। ਅਤੇ ਬਾਕੀ ਦੋਸਤੋ ਤਿਆਰੀ ਆਪਣੀ ਰੱਖੋ, ਕਿਉਂਕਿ ਪਿੱਛੇ ਜਿਹੜੇ ਪੇਪਰ ਹੋ ਗਏ ਸਾਡੇ ਨੇ ਪੰਜਾਬ ਪੁਲਿਸ ਸਬ ਇੰਸਪੈਕਟਰ ਹੈੱਡ ਕਾਂਸਟੇਬਲ ਅਤੇ ਆਪਣਾ ਟੈਕਨੀਕਲ ਕੈਡਰ ਵਾਲੇ ਵਿੱਚ ਸਾਰੇ ਮਿਲਾ ਕੇ, ਠੀਕ ਹੈ ਜੀ। ਅਤੇ ਸਾਰੀਆਂ ਭਰਤੀਆਂ ਤੋਂ ਸਿਵਾ ਉਹ ਪੁਰਾਣੀਆਂ ਸੀਗੀਆਂ। ਗੱਲ ਕਰੀ ਹੋਣ ਵਾਲੀ ਨਹੀਂ ਤਾਂ 2022 ਦੀ ਇਹ ਨਵੀਂ ਭਰਤੀ ਹੋਊਗੀ, ਠੀਕ ਹੈ ਜੀ। 2022 ਦੀ ਇਹ ਨਵੀਂ ਭਰਤੀ ਹੋਊਗੀ, ਸੋ ਆਪਣੀ ਤਿਆਰੀ ਹੁਣ ਤੋਂ ਸਟਾਰਟ ਕਰ ਦਿਉ। ਅਤੇ ਦੋਸਤੋ ਹੋਰ ਗੱਲ, ਸਾਡੇ ਨਵੇਂ ਅਪਡੇਟਸ ਲਈ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਕਿਉਂ ਜੁਆਇਨ ਕਰਨ ਨੂੰ ਕਹਿੰਦੇ ਇਹਦਾ ਵੀ ਤੁਹਾਨੂੰ ਹੱਲ ਦੱਸ ਦਿੰਦੇ ਹਾਂ, ਤੁਹਾਨੂੰ ਦੱਸ ਦਿੰਦੇ ਵੀ ਤੁਹਾਨੂੰ ਕੀ ਫਾਇਦਾ ਹੋਊਗਾ, ਕਿਉਂਕਿ ਜਿਵੇਂ ਦੇ ਐਵੇਂ ਦੇ ਅਪਡੇਟਸ ਹੁੰਦੇ ਨੇ ਸਭ ਤੋਂ ਪਹਿਲਾਂ ਅਸੀਂ ਆਪਣੇ ਟੈਲੀਗ੍ਰਾਮ ਚੈਨਲ 'ਤੇ ਪੋਸਟ ਕਰ ਦਿੰਦੇ ਹਾਂ। ਅਤੇ ਨਾਲ ਹੀ ਜਦੋਂ ਕੋਈ PDF ਵਗੈਰਾ ਆਉਂਦੀ ਹੈ ਉਦੋਂ ਵੀ ਨਾਲ ਦੀ ਨਾਲ ਸਭ ਤੋਂ ਪਹਿਲਾਂ ਟੈਲੀਗ੍ਰਾਮ 'ਤੇ ਹੀ ਹੁੰਦੀ ਹੈ। ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ, ਉੱਥੋਂ ਤੁਸੀਂ ਲੈ ਲਿਓ, ਠੀਕ ਹੈ। ਰੰਗ ਥੋੜ੍ਹਾ ਚਿੱਟਾ ਕਰ ਦਈਏ ਆਪਾਂ, ਚਲੋ ਆਹ ਨੀਲਾ ਕਰ ਦਿੰਦੇ ਹਾਂ, ਠੀਕ ਹੈ ਜੀ। ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ, ਉੱਥੋਂ ਲੈ ਲਿਓ ਤੁਸੀਂ। ਅਤੇ ਦੋਸਤੋ ਅਪਡੇਟ ਆ ਜਿਹੜਾ ਬਹੁਤ ਜਲਦ ਆ ਰਿਹਾ, ਅਤੇ ਬਾਕੀ ਜਿਹੜੇ ਬੱਚੇ ਵੇਟ ਕਰ ਰਹੇ ਨੇ ਕਿ ਇਹਦੀ ਆਂਸਰ ਕੀ ਕਦੋਂ ਆਊਗੀ ਸਬ ਇੰਸਪੈਕਟਰ ਹੋਰਾਂ ਦੀ, ਉਹਦੀ ਬੜੀ ਜਲਦੀ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਜਾਊਗੀ, ਉਹਦੇ 'ਤੇ ਇੱਕ ਵੱਖਰੀ ਵੀਡੀਓ ਬਣਾਵਾਂਗੇ। ਅਤੇ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਲਓ, ਅਤੇ ਇੰਸਟਾਗ੍ਰਾਮ ਦਾ ਵੀ ਲਿੰਕ ਦਿੱਤਾ ਹੋਇਆ। ਹੁਣ ਪੁੱਛੋਗੇ ਕਿ ਇੰਸਟਾਗ੍ਰਾਮ ਦਾ ਕਿਉਂ, ਕਿਉਂਕਿ ਕਈ ਵਾਰ ਮੇਰੇ ਭੈਣਾਂ ਭਰਾਵਾਂ ਦੀ ਕੋਈ ਕੁਇਰੀ ਹੁੰਦੀ ਆ, ਹੈ ਨਾ, ਕੋਈ ਗੱਲਬਾਤ ਪੁੱਛਣੀ ਹੁੰਦੀ ਆ, ਤਾਂ ਤੁਸੀਂ ਸਾਡੇ ਨਾਲ ਉੱਥੇ ਸੰਪਰਕ ਕਰ ਸਕਦੇ ਹੋ। ਅਸੀਂ ਨੰਬਰ ਤਾਂ ਨਹੀਂ ਰੱਖਿਆ ਹੋਇਆ ਆਪਦਾ ਵਟਸਐਪ ਨੰਬਰ, ਕਿਉਂਕਿ ਕਈਆਂ ਨੂੰ ਸਿਕਿਉਰਿਟੀ ਪਰਪਜ਼ ਲਈ ਕੋਈ ਦਿੱਕਤ ਹੁੰਦੀ ਆ ਨਾ, ਸੋ ਤੁਸੀਂ ਸਾਰੇ ਸਮਝਦੇ ਇਸ ਗੱਲਬਾਤ ਨੂੰ। ਸੋ ਇਸੇ ਕਰਕੇ ਅਸੀਂ ਇੰਸਟਾਗ੍ਰਾਮ ਰੱਖਿਆ ਹੋਇਆ ਤਾਂ ਕਿ ਤੁਸੀਂ ਆਪਣੀ ਜਿਹੜੀ ਸਮੱਸਿਆ ਸਾਡੇ ਤੱਕ ਰੱਖ ਸਕੋ, ਅਤੇ ਤੁਹਾਨੂੰ ਦੋਸਤੋ 24 ਘੰਟਿਆਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਸਮੱਸਿਆ ਉਹਦਾ ਰਿਪਲਾਈ ਮਿਲ ਜੂਗਾ। ਸੋ ਵੀਡੀਓ ਦਾ ਅੰਤ ਆ ਗਿਆ ਜੀ, ਠੀਕ ਹੈ, ਅਗਲੀ ਵੀਡੀਓ ਦੇ ਵਿੱਚ ਮਿਲਾਂਗੇ। ਸਤਿ ਸ਼੍ਰੀ ਅਕਾਲ, ਧੰਨਵਾਦ। ਅਤੇ ਦੋਸਤੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਨੂੰ ਹੌਸਲਾ ਅਫਜਾਈ ਮਿਲ ਜਾਵੇ, ਅਤੇ ਤੁਹਾਡੇ ਲਈ ਅਸੀਂ ਨਵੀਆਂ ਨਵੀਆਂ ਵੀਡੀਓ ਬਣਾ ਕੇ ਆਈਏ ਜੋ ਸੱਚ ਦੇ ਆਧਾਰਿਤ ਹੋਣ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ।